ਗਲਤ ਢੰਗ ਨਾਲ ਹੋਏ ਪੋਸਟ ਸਟੱਡੀ ਵੀਜ਼ਿਆਂ ਨੂੰ ਲੈ ਕੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਤੋਂ ਮਾਫੀ ਮੰਗਵਾਉਣ ਦੀ ਮੰਗ ਉੱਠਣ ਲੱਗ ਪਈ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਗਲਤ ਢੰਗ ਨਾਲ ਜਾਰੀ ਕੀਤੇ ਪੋਸਟ ਸਟੱਡੀ ਵੀਜ਼ਿਆਂ ਨਾਲ ਕਈਆਂ ਨੂੰ ਮਾਨਸਿਕ ਪਰੇਸ਼ਾਨੀ ਝੱਲਣੀ ਪਈ ਸੀ। ਕਈ ਇੰਟਰਨੈਸ਼ਨਲ ਸਟੂਡੈਂਟਸ ਨੂੰ 2 ਜਾਂ 3 ਸਾਲ ਦੀ ਬਜਾਏ ਸਿਰਫ 1 ਸਾਲ ਦਾ ਹੀ ਵੀਜ਼ਾ ਦਿੱਤਾ ਗਿਆ ਸੀ ਅਤੇ ਕਈਆਂ ਨੂੰ ਕੋਰਾ ਜਵਾਬ ਦੇ ਦਿੱਤਾ ਗਿਆ ਸੀ। ਗਲਤ ਵਰਤਾਰੇ ਨਾਲ ਪੀੜਿਤ ਹੋਣ ਵਾਲੇ 265 ਇੰਟਰਨੈਸ਼ਨਲ ਸਟੂਡੈਂਟਸ ਵਿੱਚ ਪੰਜਾਬੀ ਨੌਜਵਾਨ ਵੀ ਸ਼ਾਮਿਲ ਨੇ। ਪ੍ਰਾਪਤ ਜਾਣਕਾਰੀ ਅਨੁਸਾਰ ਇਮੀਗ੍ਰੇਸ਼ਨ ਦੀ ਅਣਗਹਿਲੀ ਦਾ ਸ਼ਿਕਾਰ ਹੋਣ ਵਾਲਿਆਂ ਵਿੱਚ ਪੰਜਾਬੀ ਨੌਜਵਾਨ ਮਨਪ੍ਰੀਤ ਵੀ ਹੈ, ਜਿਸ ਨੇ ਨਵੀਂ ਪਾਲਿਸੀ ਲਾਗੂ ਹੋਣ ਵਾਲੀ ਤਰੀਕ 8 ਅਗਸਤ 2018 ਤੋਂ ਪਹਿਲਾਂ ਪੜ੍ਹਾਈ ਸ਼ੁਰੂ ਕੀਤੀ ਸੀ ਅਤੇ ਉਹ 3 ਸਾਲ ਦੇ ਪੋਸਟ ਸਟੱਡੀ ਵਰਕ ਵੀਜ਼ੇ ਦੇ ਯੋਗ ਸੀ, ਪਰ ਉਸ ਨੂੰ ਸਿਰਫ 1 ਸਾਲ ਦਾ ਹੀ ਵੀਜ਼ਾ ਦਿੱਤਾ ਗਿਆ ਸੀ। ਹੈਰਾਨੀ ਵਾਲੀ ਗੱਲ ਹੈ ਕਿ ਉਸਦੇ ਦੋਸਤ ਨੇ ਵੀ ਉਸੇ ਦਿਨ ਪੜ੍ਹਾਈ ਸ਼ੁਰੂ ਕੀਤੀ ਸੀ ਅਤੇ ਉਸ ਨੂੰ 3 ਸਾਲ ਦਾ ਵੀਜ਼ਾ ਮਿਲਿਆ ਸੀ। ਓਮਬਡਸਮੈਨ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਭਾਵੇਂ ਉਸ ਨੂੰ ਯਕੀਨ ਸੀ ਕਿ 3 ਸਾਲ ਦਾ ਵਰਕ ਵੀਜ਼ਾ ਲੱਗ ਜਾਏਗਾ, ਪਰ ਫੈਸਲੇ ਦੀ ਉਡੀਕ ਕਰਨ ਵਾਲਾ ਸਮਾਂ ਬਹੁਤ ਹੀ ਤਣਾਅ ਭਰਿਆ ਸੀ। ਉਸ ਨੂੰ ਗਿਲਾ ਹੈ ਕਿ ਹਰ ਦਿਨ ਨਿਊਜ਼ੀਲੈਂਡ ਦੇ ਰੂਲ ਬਦਲ ਜਾਂਦੇ ਨੇ। ਮਨਪ੍ਰੀਤ ਚਾਹੁੰਦਾ ਹੈ ਕਿ ਇਮੀਗ੍ਰੇਸ਼ਨ ਨੂੰ ਆਪਣੀ ਗਲਤੀ ਬਦਲੇ ਮਾਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਉਸ ਨੂੰ ਬਹੁਤ ਮਾਨਸਿਕ ਪਰੇਸ਼ਾਨੀ ਝੱਲਣੀ ਪਈ ਹੈ। ਮਨਪ੍ਰੀਤ ਸਿੰਘ ਨੇ ਇਮੀਗ੍ਰੇਸ਼ਨ ਸਲਾਹਕਾਰ ਅਰਵਿੰਦ ਪੇਡਨੇਕਰ ਦਾ ਕਹਿਣਾ ਹੈ ਕਿ ਮਨਪ੍ਰੀਤ ਪਹਿਲਾਂ ਓਮਬਡਸਮੈਨ ਕੋਲ ਇਮੀਗ੍ਰੇਸ਼ਨ ਦੀ ਸ਼ਿਕਾਇਤ ਕਰਨ ਤੋਂ ਝਿਜਕਦਾ ਸੀ, ਪਰ ਹੁਣ ਓਮਬਡਸਮੈਨ ਦੇ ਵਧੀਆ ਫੈਸਲੇ ਨਾਲ ਕਾਫ਼ੀ ਹੌਸਲੇ ਵਿੱਚ ਆ ਗਿਆ। ਅਰਵਿੰਦ ਦਾ ਕਹਿਣਾ ਹੈ ਕਿ ਜਦੋਂ ਉਸਨੇ ਇਮੀਗ੍ਰੇਸ਼ਨ ਤੋਂ ਪੁੱਛਿਆ ਸੀ ਕਿ ਮਨਪ੍ਰੀਤ ਨੂੰ 1 ਸਾਲ ਦਾ ਵੀਜ਼ਾ ਕਿਉਂ ਦਿੱਤਾ ਗਿਆ ਤਾਂ ਜਵਾਬ ਆਇਆ ਸੀ ਕਿ ਘੱਟ ਵੀਜ਼ਾ ਫਿਜ਼ੀ ਮੂਲ ਦੇ ਕੇਸ ਅਫਸਰ ਨੇ ਜਾਰੀ ਕੀਤਾ ਹੈ। ਅਰਵਿੰਦ ਅਨੁਸਾਰ ਇਮੀਗ੍ਰੇਸ਼ਨ ਦੇ ਇਸ ਫੈਸਲੇ ਨਾਲ ਬਹੁਤ ਵੱਡੀ ਗਿਣਤੀ ਵਿੱਚ ਲੋਕ ਪ੍ਰਭਾਵਿਤ ਹੋਏ ਨੇ, ਜਿਸ ਕਰਕੇ ਇਮੀਗ੍ਰੇਸ਼ਨ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਅਜਿਹਾ ਹੀ ਇੱਕ ਹੋਰ ਕੇਸ ਮਨਦੀਪ ਸਿੰਘ ਦਾ ਹੈ, ਜਿਸ ਨੇ 8 ਅਗਸਤ 2018 ਤੋਂ ਬਾਅਦ ਪੋਸਟ ਸਟੱਡੀ ਵੀਜ਼ਾ ਲਈ ਅਪਲਾਈ ਕੀਤਾ ਸੀ ਪਰ ਉਸ ਨੂੰ ਵੀਜ਼ਾ ਨਹੀਂ ਦਿੱਤਾ ਸੀ। ਹਾਲਾਂਕਿ ਉਹ ਵੀ 1 ਤੋਂ 3 ਸਾਲ ਤੱਕ ਦੇ ਵੀਜ਼ੇ ਲਈ ਯੋਗ ਸੀ। ਉਸ ਨੇ ਵੀਜ਼ਾ ਅਰਜ਼ੀ ਦੇਣ ਤੋਂ ਪਹਿਲਾਂ ਕਈ ਵਾਰ ਇਮੀਗ੍ਰੇਸ਼ਨ ਦਫ਼ਤਰ ਫੋਨ ਕਰਕੇ ਯਕੀਨੀ ਵੀ ਬਣਾਇਆ ਸੀ ਕਿ ਉਸਨੂੰ ਵੀਜ਼ਾ ਮਿਲ ਜਾਵੇਗਾ, ਪਰ ਜਦੋਂ ਉਸਨੇ ਸਟੱਡੀ ਖਤਮ ਕਰਕੇ ਵੀਜ਼ਾ ਪਾਇਆ ਤਾਂ ਇਮੀਗ੍ਰੇਸ਼ਨ ਨੇ ਕਹਿ ਦਿੱਤਾ ਕਿ ਉਹਨਾਂ ਦੇ ਮਾਪਦੰਡ ਪੂਰੇ ਨਹੀਂ ਕਰਦਾ। ਮਨਦੀਪ ਦਾ ਕਹਿਣਾ ਹੈ ਕਿ ਉਸਨੂੰ 3 ਵਾਰ ਵੀਜ਼ਾ ਅਪਲਾਈ ਕਰਨ ਲਈ $2000 ਖਰਚ ਕਰਨੇ ਪਏ ਨੇ। ਦੂਜੇ ਪਾਸੇ ਇਮੀਗ੍ਰੇਸ਼ਨ ਮੰਤਰੀ ਕ੍ਰਿਸਫੋਈ ਦੇ ਇੱਕ ਸਪੋਕਸਪਰਸਨ ਦਾ ਕਹਿਣਾ ਹੈ ਕਿ ਉਹ ਓਮਬਡਸਮੈਨ ਦੇ ਫੈਸਲੇ ਤੋਂ ਜਾਣੂ ਨੇ ਅਤੇ ਇੱਕ ਆਪਰੇਸ਼ਨ ਮੈਟਰ ਹੈ, ਜਿਸ ਬਾਰੇ ਇਮੀਗ੍ਰੇਸ਼ਨ ਮੰਤਰੀ ਨੇ ਇਮੀਗ੍ਰੇਸ਼ਨ ਦਫ਼ਤਰ ਵਿੱਚ ਗੱਲ ਕੀਤੀ ਹੈ। ਹੁਣ ਸਵਾਲ ਇਹ ਹੈ ਕਿ ਕੀ ਇਮੀਗ੍ਰੇਸ਼ਨ ਮਾਫ਼ੀ ਮੰਗੇਗੀ? ਇਸ ਬਾਰੇ ਤਾਂ ਫਿਲਹਾਲ ਕੁਝ ਕਹਿਣਾ ਮੁਸ਼ਕਿਲ ਹੈ, ਪਰ ਇਹ ਗੱਲ ਪੱਕੀ ਹੈ ਕਿ ਇਮੀਗ੍ਰੇਸ਼ਨ ਦੀ ਅਣਗਹਿਲੀ ਨਾਲ ਕਈ ਪੰਜਾਬੀਆਂ ਨੂੰ ਅਜਿਹੇ ਹਾਲਾਤਾਂ ਵਿੱਚੋਂ ਲੰਘਣਾ ਪਿਆ ਜਿਨ੍ਹਾਂ ਬਾਰੇ ਕਦੇ ਸੋਚਿਆ ਵੀ ਨਹੀਂ ਸੀ। ਅਵਤਾਰ ਸਿੰਘ ਟੈਣਾ, NZ ਪੰਜਾਬੀ ਨਿਊਜ਼।